ਯੋਗ ਅਗਵਾਈ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ਼ ਉਹਨਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਜਿਹੜੀ ਮੁਹਿੰਮ ਜਾਰੀ ਆ, ਜਿਨ੍ਹਾਂ ਦੇ ਖਿਲਾਫ਼ ਜਿਹੜੇ ਆ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਸ਼ਿਆਂ ਦੇ ਮੁਕੱਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ, ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨੇ ਜਾਇਦਾਦ ਜ਼ਬਤ ਕਰਵਾਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਰਹੇ ਆ। ਇਸੇ ਕੜੀ ਤਹਿਤ ਜ਼ੀਰਾ ਸਬ ਡਿਵੀਜ਼ਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ਼ ਜਿਹੜੇ ਸੀ ਪ੍ਰੋਪਰਟੀ ਟੈਸਟ ਕਰਵਾਉਣ ਲਈ ਦਿੱਲੀ ਭੇਜੇ ਗਏ ਸੀ। ਕਰੀਬ 4 ਕਰੋੜ ਤੋਂ ਵੱਧ ਪ੍ਰੋਪਰਟੀ ਜ਼ੀਰਾ ਸਬ ਡਿਵੀਜ਼ਨ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਵਾਈ ਜਾ ਚੁੱਕੀ ਆ। ਇਸੇ ਕੜੀ ਤਹਿਤ ਜਿਹੜਾ ਇਹ ਘਰ ਆ, ਇਹ ਦਵਿੰਦਰ ਸਿੰਘ ਹੈ ਬਾਹਮਣ, ਇਹ ਸਨ ਆਫ ਹੈ ਜਸਵਿੰਦਰ ਸਿੰਘ, ਇਸ ਦੇ ਉੱਤੇ 5 ਮੁਕੱਦਮੇ NDPS ਦੇ ਪਹਿਲੇ ਦਰਜ ਆ ਅਤੇ 2022 ਵਿੱਚ 183 ਨੰਬਰ ਮੁਕੱਦਮਾ ਥਾਣਾ ਸਦਰ ਜ਼ੀਰਾ 500 ਗ੍ਰਾਮ ਹੈਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ਼ ਦਰਜ ਹੋਇਆ ਸੀ। ਔਰ ਦੌਰਾਨੇ ਤਫਤੀਸ਼ ਅਸੀਂ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲ ਹੋਰ ਕੋਈ ਸੋਰਸ ਨਹੀਂ ਗਾ, ਇਸਨੇ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਆ, ਜੋ ਇਸਦਾ ਅਸੀਂ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35,35,000 ਆ, ਇਹ ਕੁਰਕ ਕਰਵਾਉਣ ਲਈ ਅਸੀਂ ਕੇਸ ਬਣਵਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਗਿਆ ਸੀ, ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆਂ ਇਸ ਜਿਹੜਾ ਘਰ ਨੂੰ ਉਹਨਾਂ ਨੇ ਫਰੀਜ਼ ਕਰ ਦਿੱਤਾ। ਹੁਣ ਇਹ ਫਰੀਜ਼ ਹੋਣ ਤੋਂ ਬਾਅਦ ਇਸਦਾ ਜਿਹੜਾ ਇੰਦਰਾਜ਼ ਆ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਹੋਊਗਾ। ਇਹ ਪ੍ਰੋਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ, ਨਾ ਕਿਤੇ ਵੇਚੀ ਜਾ ਸਕਦੀ ਕਿਸੇ ਨੂੰ। ਉਹਨਾਂ ਜਗ੍ਹਾ ਰਹਿਣਗੇ ਇਹ ਘਰ ਇਹ ਪਰਿਵਾਰ ਜੀ ਵੀ ਘਰ ਰਹਿ ਸਕਦੇ, ਪਰ ਇਸ ਪਰ ਇਹ ਅੱਗੇ ਹੁਣ ਫਰੀਜ਼ ਹੋ ਗਈ ਆ, ਜਾਂ ਤਾਂ ਇਹਨਾਂ ਨੂੰ ਆਪਦਾ ਉੱਥੇ ਕੇਸ ਸਾਬਤ ਕਰਨਾ ਪਊਗਾ ਵੀ ਇਹ ਪ੍ਰੋਪਰਟੀ ਨਸ਼ਿਆਂ ਦੇ ਕਾਰੋਬਾਰ ਤੋਂ ਨਹੀਂ ਬਣੀ। ਇਸ ਤੋਂ ਬਾਅਦ ਇਹ ਅਪੀਲ ਕਰ ਸਕਦੇ। ਨਸ਼ਾ ਤਸਕਰਾਂ ਨੂੰ ਇਹੀ ਸੰਦੇਸ਼ ਆ ਵੀ ਜੋ ਮੁਕੱਦਮੇ ਉਹਨਾਂ ਦੇ ਖਿਲਾਫ਼ ਉਹਨਾਂ ਦੀਆਂ ਗਤੀਵਿਧੀਆਂ ਸੰਬੰਧੀ ਦਰਜ ਉਹ ਤਾਂ ਦਰਜ ਹੋ ਰਿਹਾ, ਉਹਦੀ ਤਾਂ ਸਜ਼ਾ ਕਾਨੂੰਨ ਤਹਿਤ ਉਹਨਾਂ ਨੂੰ ਮਿਲੂਗੀ ਮਿਲੂਗੀ। ਜੋ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਾਈਆਂ ਉਹ ਵੀ ਇਸੇ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੁਲਿਸ ਵੱਲੋਂ ਕੁਰਕ ਕਰਵਾਈਆਂ ਜਾ ਰਹੀਆਂ ਨੇ। ਇਹਨਾਂ ਨੂੰ ਟਾਈਮ ਹੁੰਦਾ, ਇਸ ਤੋਂ ਬਾਅਦ ਉੱਥੇ 1 ਮਹੀਨੇ ਦਾ ਟਾਈਮ ਹੁੰਦਾ, ਉੱਥੋਂ ਅਪੀਲ ਪਾ ਸਕਦੇ ਆ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ।